ਗੁਰੂ ਹਰ ਸਹਾਈ ਵਿਖੇ ਦੇਰ ਰਾਤ ਕਰੀਬ 11:30 ਵਜੇ ਬਿਜਲੀ ਸ਼ਾਰਟ ਸਰਕਟ ਹੋਣ ਦੇ ਕਾਰਨ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਲੱਗੀ ਅੱਗ ਨਾਲ ਲੱਖਾਂ ਰੁਪਏ ਦਾ ਕਰਿਆਨੇ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਅਗਜਨੀ ਦੀ ਘਟਨਾ ਦੀ ਸੂਚਨਾ ਮਿਲਣ ਤੇ 2 ਘੰਟੇ ਬਾਅਦ ਫਿਰੋਜ਼ਪੁਰ ਅਤੇ ਫਰੀਦਕੋਟ ਤੋਂ ਫਾਇਰ ਬ੍ਰਿਗੇਡ ਪੁੱਜਣ ਤੋਂ ਪਹਿਲਾਂ ਹੀ ਪੀੜਤ ਦੁਕਾਨਦਾਰ ਅਨੁਸਾਰ ਦੁਕਾਨ ਅੰਦਰ ਪਿਆ 15-20 ਲੱਖ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਸੀ। ਇਸ ਹੋਏ ਭਾਰੀ ਨੁਕਸਾਨ ਦੇ ਕਾਰਨ ਪੀੜਤ ਦੁਕਾਨ ਮਾਲਕ ਅਸ਼ੋਕ ਕੁਮਾਰ ਲਾਡੀ ਗਹਿਰੇ ਸਦਮੇ ਦੇ ਵਿੱਚ ਹੈ। ਪੜੋਸੀਆਂ ਨੇ ਦੱਸਿਆ ਕਿ ਕਰੀਬ 11:30 ਵਜੇ ਚੌਂਕੀਦਾਰ ਨੇ ਅੱਗ ਲੱਗੇ ਹੋਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਪੜੋਸੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਪੁੱਜਣ ਤੋਂ ਪਹਿਲਾਂ ਹੀ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਸੀ। ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਦੀ ਸਹੂਲਤ ਸ਼ਹਿਰ ਅੰਦਰ ਹੀ ਹੁੰਦੀ ਤਾਂ ਇਹ ਭਾਰੀ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਸ਼ਹਿਰ ਨਿਵਾਸੀਆਂ ਨੇ ਪੀੜਤ ਦੁਕਾਨਦਾਰ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦੀ ਸਹੂਲਤ ਦੇਣ ਦੀ ਵੀ ਮੰਗ ਕੀਤੀ ਹੈ। ਇਹ ਜੀ ਬਿਜਲੀ ਸੰਕਟ ਅੱਗ ਲੱਗੀ ਹੈ, ਬੰਦਾ ਬਹੁਤ ਮਾੜਾ ਜਿਹਾ ਸੀ, 3 ਲੜਕੀਆਂ ਨਹੀਂ ਆਉਂਦੀਆਂ, ਰਾਤ ਨੂੰ ਕੋਈ 11:30 ਵਜੇ ਅੱਗ ਲੱਗੀ ਹੈ। ਇਸ ਦਾ ਬਹੁਤ ਹਾਲਾਤ ਮਾੜੇ, 25-30 ਲੱਖ ਦਾ ਨੁਕਸਾਨ ਹੋ ਚੁੱਕਿਆ। ਅਸੀਂ ਕਹੋ ਸਰਕਾਰ ਕੋਲ ਮੰਗ ਕਰਦੇ ਵੀ ਗਰੀਬ ਬੰਦੇ ਦੀ ਮਦਦ ਕੀਤੀ ਹੈ, ਵੀ ਇਹਦੇ 3 ਬੱਚੀਆਂ ਨੇ, 2-3 ਨੇ ਹਲਪ ਲਿਆ ਆ, ਅਸੀਂ ਇਹਦੇ ਕਿੰਨੀ ਦੇ ਹੋਏ ਕਿੰਨੀ ਸਹਾਇਤਾ ਕੀਤੀ ਹੈ। ਵੀ ਮਦਦ 25-30 ਸਾਲ ਤੋਂ ਕੰਮ ਕਰ ਰਹੇ ਜੀ, ਇਹ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ, ਪ੍ਰਸ਼ਾਸਨ ਮੰਗ ਕਰਦੇ ਵੀ ਇਹਨੂੰ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਕਿਉਂਕਿ ਇਹਦੇ 3 ਲੜਕੀਆਂ ਨੇ ਵੀ ਇਹ ਲੜ ਹੈ। ਮੇਰਾ ਨਾਮ ਜੀ, ਮੇਰਾ ਨਾਮ ਜੀਤ ਲਾ। ਮੰਡੀ ਦੇ ਹਾਲਾਤ ਬਹੁਤ ਮਾੜੇ ਨੇ ਜੀ, ਮੰਡੀ ਦਾ ਨਾ ਤਾਂ ਇੱਥੇ ਕੋਈ ਪੁਲਿਸ ਦਾ ਰਾਤ ਦਾ ਕੋਈ ਸਿਸਟਮ ਹੈ, ਕੋਈ ਗੇੜਾ ਲਾਏ ਜਾਂ ਪੁਲਿਸ ਕੋਈ ਗਸ਼ਤ ਕਰੇ, ਉਹ ਹੈ ਨਹੀਂ ਇੱਥੇ ਕੋਈ ਸਿਸਟਮ। ਬਾਕੀ ਇੱਥੇ ਫਾਇਰ ਬ੍ਰਿਗੇਡ ਦੀ ਮੰਗ ਕਰਦਾ ਇਲਾਕਾ ਵੀ ਫਾਇਰ ਬ੍ਰਿਗੇਡ ਇੱਥੇ ਲੋਕਲ ਹੋਣਾ ਚਾਹੀਦਾ ਜੀ। ਜਦੋਂ ਇੱਥੇ ਹੁਣ ਪਿਛਲੇ ਹਫ਼ਤੇ ਵੀ ਉਹ ਸਾਡੇ ਚੌਂਕ ਸ਼ਹੀਦ ਊਧਮ ਸਿੰਘ ਚੌਂਕ 'ਚ ਵਾਕਿਆ ਹੋਇਆ ਜੀ, ਜਿੰਨੇ ਚਿਰ ਨੂੰ ਗੱਡੀਆਂ ਬਾਹਰੋਂ ਆਉਂਦੀਆਂ ਨੇ ਉਨੇ ਚਿਰ ਨੂੰ ਨੁਕਸਾਨ ਹੋ ਚੁੱਕਿਆ ਹੁੰਦਾ। ਅਤੇ ਮੰਡੀ ਦਾ ਇਲਾਕਾ ਡਿਮਾਂਡ ਕਰਦਾ ਫਾਇਰ ਬ੍ਰਿਗੇਡ ਇੱਥੇ ਲੋਕਲ ਹੋਣਾ ਚਾਹੀਦਾ। ਆਵਾਜ਼ੀ ਕੌਮ ਟੀ ਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।